ਖਬਰਾਂ ਇਨਾਲਾ ਤੋਂ ਹੈ ਜਥੇ ਕਾਂਗਰਸੀ ਉਮੀਦਵਾਰ ਹਰ ਹਰ ਪ੍ਰਤਾਪ ਸਿੰਘ ਅਜਨਾਲਾ ਦੀਆਂ ਮੁਸ਼ਕਲਾਂ ਬਤਿਆਂ ਨਾ ਸਰਾਰੀਆਂ ਕਿਉਂਕਿ ਪਾਰਟੀ ਦੇ ਦਰchna ਅਹੁਦੇਦਾਰਾਂ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਤੇ ਹਰ ਪ੍ਰਤਾਪ ਸਿੰਘ ਅਜਨਾਲਾ ਦੇ ਖਿਲਾਫ ਪਿੰਡ ਪਿੰਡ ਪ੍ਰਚਾਰ ਕਰਨ ਦਾ ਐਲਾਨ ਇਹਨਾਂ ਦੇ ਮੁਤਾਬਕ ਵਿਧਾਇਕ ਸਾਹਿਬ ਦੀਆਂ ਹਰਕਤਾਂ ਤੋਂ ਸਾਰੇ ਵਰਕਰ ਦੁਖੀ ਨੇ ਜਨਾ ਨੇ ਹੁਣ ਕਾਂਗਰਸੀ ਵਿਧਾਇਕ ਨੂੰ ਹੀ ਹਰਾਉਣ ਦਾ ਐਲਾਨ ਕਰ ਦਿੱਤਾ ਹਰਬੀਰ ਸਿੰਘ ਬਬਲੂ ਸਿੰਧੀ ਰੰ다ਸ ਪੰਜਾਬ ਦੇ ਨਾਲ ਜੋ ਤਕਾ ਹੋ ਰਿਆ ਸੀ ਅੱਜ ਉਹਦੇ ਉਹ ਹਰਪ੍ਰਤਾਪ ਦੀਆਂ ਨੀਤੀਆਂ ਜੋ ਵਰਕਰਾਂ ਨਾਲ ਰਹੀਆਂ ਵਰਕਰਾਂ ਨੂੰ ਘਰ ਭਾਸ਼ਣਾਂ ਘੰਟਿਆਂ ਬਧੀ ਉਹਨਾਂ ਦੀ ਗੱਲਾਂ ਸੁਣਨਾ ਉਹਨਾਂ ਨੂੰ ਬਾਰ-ਬਾਰ ਫੇਰੇ ਮਰਵਾਈ ਜਾਣੇ ਉਹਨਾਂ ਨੂੰ ਬਾਰ-ਬਾਰ ਲਾਰੇ ਲਾਈ ਜਾਣੇ ਉਹਨਾਂ ਨੂੰ ਲਾਗੋ ਵੇਖ ਕੇ ਨਜ਼ਰਅੰਦਾਜ਼ ਕਰਨਾ ਲਾਗੇ ਬੋਣਾ ਕੁਰਸੀਆਂ ਬੋਲ ਬੋਲ ਕੇ ਲਾਗੂ ਲੰਗੀ ਜਾਣਾ ਸੋ ਲੋਕਾਂ ਨੇ ਸਾਥੀਆਂ ਨੇ ਬੜੀ ਬੇਇੱਜ਼ਤੀ ਮਹਿਸੂਸ ਕੀਤੀ ਆਪਣੀ ਔਰ ਇੱਕ ਉਹਨਾਂ ਨੂੰ ਬੜਾ ਦੁੱਖ ਹੋਇਆ ਕਿ ਅਸੀਂ ਕਿਸ ਆਸ ਦੇ ਨਾਲ ਲਗਾਤਾਰ ਮਗਰ ਤੁਰੇ ਰਹੇ ਤੇ ਸਾਡੇ ਨਾਲ ਬਣਿਆ ਕੀ ਸੋ ਉਸ ਚੀਜ਼ ਦੇ ਕਰਕੇ ਅਸੀਂ ਸਾਰਾ ਇਲਾਕਾ ਹੀ ਨਾਲਾ ਜਹੀਂ ਇਕੱਠੀ ਹੋ ਕੇ ਫੈਲਾ ਕੀਤਾ ਕਿ ਹਰਪ੍ਰਤਾਪ ਸਿੰਘ ਦੀ ਨਾਲਾਂ ਦੇ ਨਾਲ ਨਹੀਂ ਤੁਰਨਾ ਇਹਨੂੰ ਹਰਵਾਉਣਾ ਇਹਦੇ ਕਰਕੇ ਹਾਂ ਕਾਂਗਰਸ ਪਾਰਟੀ ਰੌਣੀ ਹੈ ਜਿਹਨੂੰ ਹਮੇਸ਼ਾ ਅਸੀਂ ਸਾਥ ਦਿੰਦੇ ਰਹੇ ਕਾਂਗਰਸ ਪਾਰਟੀ ਨੂੰ ਉਹਦੇ ਫਰ ਲੀਡਰਾਂ ਨੂੰ ਆਪਾਂ ਹਰਪ੍ਰਤਾਪ ਸਾਹਿਬ ਅਸੀਂ ਨਾਲਾਂ ਤੋਂ ਮਤਲਬ ਦੁਖੀ ਹੋ ਕੇ ਹੀ ਮੰਨ ਲਓ ਪਾਰਟੀ ਜਿਹੜੀ ਛੱਡ ਰਹੀ ਹੈ 50 ਸਾਲ ਤੋਂ ਪੁਰਾਣੀ ਅਸੀਂ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਹਾਂ